ਪੰਜਾਬ ਵਿੱਚ ਵੱਧਦੇ ਹੋਏ ਨਸ਼ੇ 'ਤੇ ਸੁਪਰੀਮ ਕੋਰਟ ਵੀ ਚਿੰਤਾ ਕਰਨ ਲੱਗ ਗਈ ਜੀ। ਜਿਵੇਂ ਤੁਹਾਨੂੰ ਸਭ ਨੂੰ ਹੀ ਪਤਾ ਵੀ ਪੰਜਾਬ ਲਈ ਹਾਈ ਕੋਰਟ ਅਤੇ ਜਿਹੜਾ ਸੈਂਟਰ ਲੈਵਲ 'ਤੇ ਹੁੰਦੀ ਹੈ ਸੁਪਰੀਮ ਕੋਰਟ ਹੁੰਦੀ ਆ, ਇੰਨੇ ਵੱਡੇ ਲੈਵਲ 'ਤੇ ਪੰਜਾਬ ਲਈ ਚਿੰਤਾ ਕਿਉਂ ਹੋ ਰਹੀ ਹੈ, ਕੀ ਕਾਰਨ ਆ? ਹਾਂਜੀ ਬਰਾੜ ਸਾਹਿਬ, ਚਿੰਤਾ ਦੇ ਕਾਰਨ ਤਾਂ ਬੜੇ ਜ਼ਾਹਿਰ ਆ, ਹਰ ਇੱਕ ਨੂੰ ਪਤਾ ਹੈ। ਦਰਅਸਲ ਗੱਲ ਇਹ ਹੈ ਕਿ NDPC ਦੇ ਕੁਝ ਕੇਸਾਂ ਦੇ ਵਿੱਚ ਕੁਝ ਬੰਦਿਆਂ ਨੇ ਰਿਕੁਐਸਟ ਕੀਤੀ ਹੋਈ ਸੀ ਸੁਪਰੀਮ ਕੋਰਟ ਤੱਕ, ਤੇ ਸੁਪਰੀਮ ਕੋਰਟ ਨੂੰ ਪਹਿਲਾਂ ਵੀ ਹਾਲਾਤਾਂ ਦਾ, ਗਰਾਊਂਡ ਰਿਐਲਿਟੀ ਦਾ ਪਤਾ। ਸੋ ਉਹਨਾਂ ਨੇ ਪੰਜਾਬ ਦੇ ਵਿੱਚ ਡਰੱਗ ਦੇ ਵੱਧ ਰਹੇ ਖਤਰੇ ਤੇ ਚਿੰਤਾ ਜਤਾਈ ਹੈ, ਨਾਲ ਦੀ ਨਾਲ ਉਹਨਾਂ ਨੇ ਕੁਝ ਅਫੀਸ਼ੀਅਲਸ ਨੂੰ ਡਾਇਰੈਕਟ ਵੀ ਕੀਤਾ। ਕੋਰਟ ਹੁਣ ਸਖਤੀ ਦੇ ਨਾਲ ਪੇਸ਼ ਆ ਰਿਹਾ। ਉਹਨਾਂ ਨੇ ਕਿਹਾ ਕਿ ਪੰਜਾਬ ਨਸ਼ੇ ਦੀ ਗ੍ਰਿਫਤ ਵਿੱਚ ਲਗਾਤਾਰ ਧੱਸਦਾ ਜਾ ਰਿਹਾ, ਵੱਡੇ ਲੈਵਲ ਤੇ ਨਾਰਕੋਟਿਕਸ ਦਾ ਧੰਦਾ ਚੱਲ ਰਿਹਾ ਤੇ ਡਰੱਗ ਲਾਰਡ ਕ੍ਰੋਸ ਬਾਰਡਰ ਰੈਕਟ ਚਲਾ ਰਹੇ ਨੇ, ਤੇ ਇਹ ਨਾ ਸਿਰਫ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਬਲਕਿ ਪਬਲਿਕ ਹੈਲਥ ਵੱਡੇ ਪੱਧਰ ਤੇ ਖਤਰੇ ਦੇ ਵਿੱਚ ਜਾ ਰਿਹਾ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਰਿਪੀਟ ਅਫੈਂਡਰਸ ਆ ਉਹਨਾਂ ਨੂੰ ਤਾਂ ਬਿਲਕੁਲ ਹੀ ਮਾਫ਼ ਨਹੀਂ ਕੀਤਾ ਜਾ ਸਕਦਾ ਨਾ। ਉਹਨਾਂ ਕਿਹਾ ਕਿ ਇਹ ਨਹੀਂ ਕਿ ਹੁਣ ਜਿਹੜਾ ਇੱਕ ਵਾਰੀ ਤਾਂ ਨਸ਼ੇ ਦੇ ਕੇਸ 'ਚ ਆ ਗਿਆ ਕਿਸੇ ਨਾ ਕਿਸੇ ਤਰੀਕੇ ਨਾਲ ਨਿਕਲ ਗਿਆ, ਪਰ ਜੇ ਦੁਬਾਰਾ ਉਹੀ ਬੰਦਾ ਸੇਮ ਪਰਸਨ ਨਸ਼ੇ ਦੇ ਨਾਲ ਰਿਲੇਟਡ ਕਿਸੇ ਕੇਸ ਦੇ ਵਿੱਚ ਆਉਂਦਾ ਤਾਂ ਕੈਜੂਅਲ ਜਿਹੜੀ ਕੈਜੂਅਲ ਬੇਲ ਆ ਉਹ ਤਾਂ ਬਿਲਕੁਲ ਹੀ ਤੁਸੀਂ ਵਰਕਾ ਹੀ ਪਾੜ ਦਿਓ। ਇਹ ਜਿਹੜਾ ਬੈਂਚ ਤੇ ਤੁਸੀਂ ਕਹਿ ਲਓ ਕਿ ਡਿਸੀਜਨ ਦੇ ਰਿਹਾ ਸੀ ਉਹਨੂੰ ਹੈੱਡ ਕਰ ਰਿਹਾ ਸੀ ਜਸਟਿਸ ਸੂਰਿਆ ਕਾਂਤ। ਸੋ ਉਹਨਾਂ ਨੇ ਬੜੀ ਸਖਤੀ ਦੇ ਨਾਲ ਕੁਛ ਗੱਲਾਂ ਕਹੀਆਂ ਨੇ। ਉਹ ਕਹਿੰਦੇ ਕਿ ਜਦੋਂ ਇੱਕ ਅਕਿਊਜ਼ਡ ਮਲਟੀਪਲ ਕੇਸਿਸ ਦੇ ਵਿੱਚ ਇਨਵੋਲਵਡ ਆ ਤਾਂ ਉਹਨੂੰ ਕਰੜੇ ਹੱਥਾਂ ਦੇ ਨਾਲ ਟੈਕਲ ਕਰਨਾ ਚਾਹੀਦਾ ਸਾਡੀ ਪੁਲਿਸ ਨੂੰ ਖਾਸ ਤੌਰ ਤੇ, ਤੇ ਉਹਦੇ ਖਿਲਾਫ ਜੇ ਕੋਈ ਡਿਸੀਜਨ ਦੇਣਾ ਉਹਦੇ ਲਈ ਉਹ ਕਹਿੰਦੇ ਅਸੀਂ ਬੈਠੇ ਹਾਂ। ਉਹ ਕਹਿੰਦੇ ਡਰੱਗ ਅਡਿਕਸ਼ਨ ਵਰਗੀ ਜਿਹੜੀ ਬਿਮਾਰੀ ਆ ਉਹ ਪੰਜਾਬ ਵਰਗੀ ਵਾਈਬ੍ਰੈਂਟ ਸਟੇਟ ਦੇ ਲਈ ਬਹੁਤ ਸੀਰੀਅਸ ਥ੍ਰੈਟ ਹੈ। ਉਹ ਕਹਿੰਦੇ ਕਿ ਜਿਹੜੇ ਤੁਸੀਂ ਦੂਜੇ ਚੌਥੇ ਦਿਨ ਇਹੋ ਜਿਹੇ ਬੰਦੇ ਨੂੰ ਫੜ ਕੇ ਬੇਲ ਦੇ ਦਿੰਦੇ ਹੋ ਉਹਦੇ ਤੇ ਆਪਾਂ ਨੂੰ ਹੁਣ ਕੋਈ ਸਖਤ ਐਕਸ਼ਨ ਕਰਨਾ ਪਊਗਾ, ਜਿੰਨਾ ਚਿਰ ਇਹ ਬੰਦੇ ਅੰਦਰ ਰੱਖ ਕੇ ਰਿੜਕੇ ਨਾ ਗਏ ਉਹਨਾਂ ਚਿਰ ਇਸ ਪ੍ਰੋਬਲਮ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਬਰਾੜ ਸਾਹਿਬ, ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਸੁਪਰੀਮ ਕੋਰਟ ਨੇ ਕਹੀ, ਉਹਨਾਂ ਨੇ ਕਿਹਾ ਕਿ ਇੱਥੇ ਪੁਲਿਸ ਆਫਿਸਰ ਵੀ ਵਿੱਚ ਇਨਵੋਲਵਡ ਕਈ ਵਾਰੀ ਮਿਲ ਜਾਂਦੇ ਆ, ਕਈ ਵਾਰੀ ਲਾ ਇਨਫੋਰਸਮੈਂਟ ਦੇ ਬੰਦੇ ਵੀ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਰੋਲ ਅਦਾ ਕਰ ਰਹੇ ਹੁੰਦੇ ਆ। ਇੱਥੋਂ ਤੱਕ ਪਤਾ ਲੱਗਿਆ ਕਿ ਕੁਝ ਫਾਰਮਾਸਿਟੀਕਲ ਕੰਪਨੀਜ਼ ਦੀ ਵੀ ਇਨਵੋਲਵਮੈਂਟ ਹੈਗੀ ਹੈ ਇਸ ਡਰੱਗ ਰੈਕਟ ਦੇ ਵਿੱਚ। ਉਹ ਕਹਿੰਦੇ ਕਿ ਸਾਰਿਆਂ ਨੂੰ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਫਿਕਸ ਕਰੋ, ਜਿੱਥੇ ਕੋਈ ਬੰਦਾ ਮਿਲਦਾ ਉੱਥੇ ਕੋਈ ਤਗੜੀ ਕਾਰਵਾਈ ਕਰੋ, ਉਹਨਾਂ ਨੂੰ ਮਾਈਲ ਸਟੋਨ ਪਨਿਸ਼ਮੈਂਟ ਦਿਓ ਤਾਂ ਕਿ ਅੱਗੇ ਤੋਂ ਕੋਈ ਜਿਹੜਾ ਬੰਦਾ ਪਬਲਿਕ ਸਰਵੈਂਟ ਆ ਜਾਂ ਗੌਰਮੈਂਟ ਦਾ ਅਫੀਸ਼ੀਅਲ ਆ ਉਹ ਇਸ ਪਾਸੇ ਨੂੰ ਆਉਣ ਤੋਂ ਡਰੇ, ਕਿ ਉਹਨੂੰ ਪਤਾ ਹੋਵੇ ਕਿ ਸਾਡਾ ਰੋਲ ਕਿਹੜਾ, ਅਸੀਂ ਕਿਹੜੇ ਪਾਸੇ ਖੜਨਾ, ਰੈਕਟ ਵਾਲੇ ਪਾਸੇ ਖੜਨਾ ਕਿ ਬਚਾਉਣ ਵਾਲੇ ਪਾਸੇ ਖੜਨਾ। ਇੱਥੇ ਆਪਾਂ ਇਹ ਜ਼ਿਕਰ ਕਰ ਦਈਏ ਜੀ, ਗੱਲ ਤਾਂ ਵੈਸੇ ਪੰਜਾਬ ਤੱਕ ਦੀ ਸੀਗੀ ਅਤੇ ਕਈ ਸਰਕਾਰਾਂ ਜਿਵੇਂ ਪਹਿਲਾਂ ਲੰਘ ਲੰਘ ਕੇ ਗੰਗਾ ਕਹਿੰਦੀਆਂ ਸੀ ਅਸੀਂ ਇੰਨੇ ਦਿਨਾਂ 'ਚ ਖਤਮ ਕਰ ਦਾਂਗੇ, ਇੰਨੇ ਦਿਨਾਂ 'ਚ ਖਤਮ ਕਰ ਦਾਂਗੇ, ਅਤੇ ਦਿਨ ਵੀ ਹੁਣ ਕਾਫੀ ਹੋ ਗਏ ਅਤੇ ਗੱਲ ਅੱਗੇ ਤੱਕ ਵੀ ਪਹੁੰਚ ਗਈ ਜੀ। ਇਹ ਸੁਪਰੀਮ ਕੋਰਟ ਦਾ ਕਹਿਣਾ ਬਹੁਤ ਵੱਡੀ ਗੱਲ ਹੁੰਦੀ ਹੈ, ਫਿਰ ਕੀ ਗੱਲ ਵੀ ਜ਼ਿਆਦਾ ਫੈਲ ਗਈ ਗੱਲ ਜਾਂ ਫਿਰ ਕੀ ਗੱਲ? ਬਰਾੜ ਸਾਹਿਬ, ਗੱਲ ਫੈਲੀ ਹੋਈ ਹੈ। ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਫੋਨ ਕਰ ਲਓ, ਕਿਸੇ ਵੀ ਆਪਦੇ ਰਿਸ਼ਤੇਦਾਰ ਮਿੱਤਰ ਨੂੰ ਹਾਲ ਚਾਲ ਪੁੱਛਣ ਤੋਂ ਬਾਅਦ ਇੰਨੀ ਕੁ ਗੱਲ ਛੇੜ ਲਿਓ ਕਿ ਹੋਰ ਭਾਈ ਪਿੰਡ 'ਚ ਨਸ਼ੇ ਨੁਸ਼ੇ ਦਾ ਕਿਵੇਂ ਹੈ, ਤੁਹਾਨੂੰ ਆਪੇ ਦੱਸ ਦੂਗਾ। ਬਹੁਤਾ ਨਾਂ ਦੱਸਿਆ ਪਿਛਲੇ 2 ਮਹੀਨਿਆਂ ਦੇ ਵਿੱਚ, ਇੰਨਾ ਜ਼ਰੂਰ ਦੱਸ ਦੂਗਾ ਕਿ ਇੱਕ ਬੰਦਾ ਚੱਲ ਵਸਿਆ, 2 ਚੱਲ ਵਸਿਆ, ਇਹਦੋਂ ਵੱਧ ਵੀ ਕਹਿ ਸਕਦਾ। ਪੰਜਾਬ ਦੇ ਵਿੱਚ ਨਸ਼ਾ ਵੱਡੇ ਲੈਵਲ 'ਤੇ ਵਧਿਆ ਹੋਇਆ, ਕਿਤੇ ਕਿਤੇ ਜਿਹੜੇ ਹੈਗੇ ਨੇ ਪੁਲਿਸ ਮੁਖੀ ਨੇ ਉਹ ਸਖਤੀ ਦੇ ਨਾਲ ਪੇਸ਼ ਆ ਰਹੇ ਨੇ, ਉੱਥੇ ਲਗਾਮ ਲੱਗ ਜਾਂਦੀ ਹੈ। ਤੇ ਜਿੱਥੇ ਬਹੁਤੀ ਜ਼ਿਆਦਾ ਸਖਤੀ ਨਹੀਂ ਕੀਤੀ ਜਾਂਦੀ, ਰੂਟੀਨ ਕਾਰੋਬਾਰ ਚੱਲ ਰਿਹਾ, ਉੱਥੇ ਉਸ ਕਿਸਮ ਦਾ ਜਿਹੜਾ ਨਸ਼ਾ ਜਾਂ ਉਹਨਾਂ ਦੇ ਰੈਕਟ ਆ ਉਹ ਲਗਾਤਾਰ ਚੱਲਦੇ ਨੇ। ਦੂਜੀ ਗੱਲ ਇਹ ਹੈ, ਕਈ ਵਾਰੀ ਹੁੰਦਾ ਕੀ ਹੈ, ਕਿਸੇ ਬੰਦੇ ਨੂੰ ਫੜ ਕੇ ਪੁਲਿਸ ਪਿੱਛੋਂ ਜਾਂਦੀ ਹੈ, ਉਹਨੂੰ ਛਡਾਉਣ ਵਾਲੇ ਪਹਿਲਾਂ ਉੱਥੇ ਪ੍ਰਗਟ ਹੋ ਜਾਂਦੇ ਆ। ਤੋ ਇਹ ਸਾਰੀਆਂ ਗੱਲਾਂ ਰਲ ਕੇ ਪੰਜਾਬ ਦੀ ਜਿਹੜੀ ਹਾਲਤ ਹੈ ਲਗਾਤਾਰ ਵਿਗਾੜਦੇ ਜਾ ਰਹੇ ਆ। ਜੀ, ਇੱਥੇ ਕੁਝ ਕੁ ਆਪਾਂ ਵੀਡੀਓ ਦੇਖ ਰਹੇ ਸੀ ਵੀ ਕੋਈ ਡਰੋਨ ਵੀ ਫੜਿਆ, ਕਹਿੰਦੇ ਜਿਹੜਾ ਆਇਆ ਹੈਗਾ ਪਾਕਿਸਤਾਨ ਵੱਲੋਂ, ਕਹਿ ਰਹੇ ਆ ਵੀ ਡਰੋਨ ਆਇਆ ਵਾ ਜਿਸ ਨਸ਼ਾ ਨੁਸ਼ਾ ਸੀ ਖੇਤਾਂ 'ਚ ਡਿੱਗ ਗਿਆ, ਇਹਦੇ ਬਾਰੇ ਕੁਛ ਪਤਾ ਤੁਹਾਨੂੰ ਨੌਲੇਜ? ਹਾਂਜੀ, ਡਰੋਨ ਤਾਂ ਅੱਜ ਦਿਨ ਬਰਾੜ ਸਾਹਿਬ ਸ਼ੂਟ ਕੀਤੇ ਜਾਂਦੇ ਆ। ਡਰੋਨ ਇਹ ਕਿਹਾ ਜਾਂਦਾ ਕਿ BSF ਕੁਛ ਡਰੋਨ ਸ਼ੂਟ ਕਰਦੀ ਆ ਜਿਹੜੇ ਪਾਕਿਸਤਾਨ ਤੋਂ ਨਸ਼ਾ ਲੈ ਕੇ ਬਾਰਡਰ ਏਰੀਆ ਦੇ ਵਿੱਚ ਜਾਂਦੇ ਆ, ਖਾਸ ਤੌਰ 'ਤੇ ਫਿਰੋਜ਼ਪੁਰ ਏਰੀਆ, ਅੰਮ੍ਰਿਤਸਰ ਏਰੀਆ, ਤਰਨ ਤਾਰਨ ਏਰੀਆ ਦੇ ਵਿੱਚ ਇਹ ਡਰੋਨ ਸ਼ੂਟ ਕੀਤੇ ਜਾਂਦੇ ਆ। ਇਹ ਨਾ ਸਿਰਫ ਨਸ਼ਾ ਲੈ ਕੇ ਆਉਂਦੇ ਆ, ਕਦੇ ਕਦੇ ਇਹ ਇਲੀਗਲ ਵੈਪਨ ਵੀ ਉੱਧਰੋਂ ਕੈਰੀ ਕਰ ਲਿਆਉਂਦੇ ਆ। ਜੀ, ਅਤੇ ਫਿਰ ਡਰੋਨ ਵੈਸੇ ਇੰਨੀ ਉਚਾਈ ਤੱਕ ਉੱਡ ਜਾਂਦੇ ਆਪਾਂ ਦੇਖਿਆ ਵੀ ਪਤਾ ਹੀ ਨਹੀਂ ਲੱਗਦਾ ਬੱਦਲਾਂ ਦੇ ਵਿੱਚ ਵੀ ਕਿੱਥੇ ਆ, ਪਰ ਇਹਦੇ ਵਾਸਤੇ ਕੋਈ ਸੈਟੇਲਾਈਟ ਤੋਂ ਵੀ ਨਿਗਾਹ ਰੱਖਣੀ ਚਾਹੀਦੀ ਹੈ ਕਿ ਥੱਲੋਂ ਵੀ ਥੱਲੋਂ ਹੀ ਰੱਖਦੇ ਸਾਰੀ? ਦੂਜੀ ਗੱਲ ਇਹ ਭਾਈ, ਰਾਜਸਥਾਨ ਵਾਲੇ ਪਾਸੇ ਵੀ ਬਾਰਡਰ ਲੱਗਦਾ ਅਤੇ ਕਸ਼ਮੀਰ ਵਾਲੇ ਪਾਸੇ ਲੱਗਦਾ, ਅਤੇ ਡਰੋਨ ਇੱਧਰ ਹੀ ਕਾਹ ਤੋਂ ਆਉਂਦੇ ਆ ਕਿ ਇੱਧਰ ਸੌਖਾ ਸੌਖਾ ਲੱਗਦਾ?
डॉक्टर साहब गल ये है ना कि जिथे जिहड़ी चीज की मंग है सप्लाई अगले ने उत्थे करनी है, जिहड़ी चीज नूं टैकल करने वाले जिहड़ी थां ते बैठे है, अगले पासे जदों कोई चार बंदे बैठे है जिन्हों आपां तुसीं समगलर कह सकते हो, उन्हां दी उधर गलबात हो रही है, कल नूं जे ये किसी होर खेते च प्रॉब्लम पहुंचूगी तां उत्थे भी तुसीं देखो कि ये जिहड़ा चाल चलन है उत्थे भी कंटिन्यू हो जूगा। तो फिलहाल तां खबरां ये पंजाब तों ही आउंदियां ने इदां दियां। ते दूजी गल जिहड़ी तुसीं कहा कि इहनूं टैकल किवें करदे आ, इहनूं शूट किवें करदे आ, ब्राट साहब बॉर्डर आ, इंटरनेशनल बॉर्डर आ, उत्ते बहुत वड्डे लैवल दे इक्विपमेंट लगे हुंदे आ, रडार सिस्टम हुंदा, सो प्रॉपर ट्रैक करदे उस चीज़ नूं फिर शूट करदे।